लो जी अस्सलाम वालेकुम जी। अज पाकिस्तान ते आस्ट्रेलिया दा मैच सी ते आपां हार गए हां। बहुत दुख वाली गल आ। एक एक बाल मैं इंज वेखी आ जिंदगी च, मैं कभी इदा मतलब टीवी नूं गौर नाल नहीं वेख्या जिदा मैं इहदी एक एक बाल देखी है। बहुत दुख होया, सारी कौम नूं बड़ा दुख होया। लेकिन की कहिंदे ने जिंदगी की यही रीत है, हार के बाद ही जीत है। हुण आपां लोकां नूं पुछांगे, लेकिन एक गल इंज रखनी है, मैं आस्ट्रेलिया लो बोलना वा जान के, ठीक है ना। मैनूं लोकी दिल करे गद्दार भी कहण, गद्दारे वतन भी कहण, लेकिन वो मैं सिर्फ शुगल करना वा। तो इधर लोगों दिन तुम शक्लां विखाउणा कि की एट की हाल होया लोगों बेचारियां दा, ठीक है। लेकिन उन्होंने जरा शुगल मेला थोड़ा खुश करने की कोशिश करते आज। उधर अस्सलाम जी राणा साहब, की हाल है? वालेकुम अस्सलाम भाईन, की हाल? ठीक ठाक हो? बड़ा अपनी जो वड्डी एलसीडी ते 2500 कुर्सी ते तौबा तौबा होई गई सी ते हुण की इथे सुंग गया? बस जी हुण मातम। अच्छा ਤੁਹਾਡੇ ਸਾਹਿਬ ਨਾਲ ਕਿੱਥੇ ਮਿਸਟੇਕ ਹੋਈ ਹੈ, ਕਿੱਥੇ ਕੋਈ ਗੱਲਬਾਤ ਹੋਈ ਹੈ, ਕਿੱਥੇ ਅਸੀਂ ਕਮਜ਼ੋਰ ਪਏ ਆ? ਕਮਜ਼ੋਰ ਜੀ ਮੈਚ ਤੇ ਬਣ ਗਿਆ ਸੀ, ਬਸ ਉਹ ਹਸਨ ਅਲੀ ਨੇ ਜਿਹੜਾ ਕੈਚ ਛੱਡਿਆ ਨਾ, ਉਹ ਟਰਨਿੰਗ ਪੁਆਇੰਟ ਬਣ ਗਿਆ ਜੀ। ਓਏ ਹੋਏ ਹੋਏ, ਨਹੀਂ ਤੇ ਜਿਹੜਾ ਉਹਨੇ ਐਂਡ ਤੇ ਆਸਟ੍ਰੇਲੀਆ ਵਾਲੇ ਨੇ ਉਹ ਜਿਹੜਾ ਵਿੰਗਾ ਚਿਭਾ ਹੋ ਗਿਆ ਇੰਜ ਪਿੱਛੇ ਨੂੰ ਚੁੱਕੇ ਮਾਰੇ, ਉਹ ਤੇ ਫਿਰ ਮਾਰਨੇ ਸੀ, ਚਾਂਸ ਜੋ ਮਿਲਿਆ ਸੀ, ਚਾਂਸ ਜੋ ਮਿਲਿਆ ਸੀ ਉਹਨੂੰ ਦਾਤ ਦੇਣੀ ਹੈ ਨਾ ਤੇ ਫਿਰ ਖਿਲਾੜੀ ਦਿਓ। ਠੀਕ ਆ, ਉਹ ਲੈਦਾ ਗੱਲ ਆ ਕਿ ਪਾਕਿਸਤਾਨ ਹਾਰ ਗਿਆ। ਨਹੀਂ ਨਹੀਂ, ਉਹ ਹਾਰ ਜਿੱਤ ਬਣੀ ਆ, ਦਾਤ ਦੇਣੀ ਬਣਦੀ ਹੈ। ਦੇਖੋ ਗੱਲ, ਨਹੀਂ ਨਹੀਂ ਵੈਲ ਪਲੇਡ ਜ਼ਾਹਰੀ ਗੱਲ ਹੈ ਜੀ, ਅੱਛਾ ਖੇਲੇ ਆ ਤੇ ਜਿੱਤੇ ਆ। ਨਾ ਨਾ ਸੋਚੀ ਜੋ ਵੀ ਇਹਦੇ ਕੋ ਕੈਚ ਛੁੱਟ ਗਿਆ, ਉਹਨੇ ਛਿੱਕਾ ਖਾਤੋ ਸੀ, ਦੇਖੋ ਅਗਲੇ ਕੈਸੇ ਖੇਲੇ। ਨਹੀਂ ਟਰਨਿੰਗ ਪੁਆਇੰਟ ਬਣ ਗਿਆ ਜੀ, ਪਾਕਿਸਤਾਨ ਨੇ ਮੈਚ ਤੇ ਗ੍ਰਿਫਤ ਕੀਤੀ ਹੋਈ ਸੀ ਪੂਰੀ। ਹਾਂ, ਬਸ ਉਹ ਕੈਚ ਉਹ ਛੱਡਿਆ ਉਹਨੇ ਹਸਨ ਅਲੀ ਨੇ ਤੇ ਟਰਨਿੰਗ ਪੁਆਇੰਟ ਬਣ ਗਿਆ। ਨਾ ਛੱਡਦਾ ਤੇ ਫਿਰ ਪ੍ਰੈਸ਼ਰ ਚ, ਪ੍ਰੈਸ਼ਰ ਤੇ ਆਲਰੇਡੀ ਬਿਲਡ ਕੀਤਾ ਹੋਇਆ ਸੀ ਨਾ ਪਾਕਿਸਤਾਨ ਨੇ। ਹਾਂ, ਤੇ ਫਿਰ ਇਨਸ਼ਾਅੱਲਾ ਉਮੀਦ ਸੀ, 92% ਚਾਂਸ ਸੀਗਾ ਪਾਕਿਸਤਾਨ ਪ੍ਰੀਡਿਕਸ਼ਨ ਚ, ਪਾਕਿਸਤਾਨ ਨੂੰ 92% ਦੇ ਰਹੇ ਸੀ। ਇਹਨਾਂ ਨੂੰ ਕੀ ਹੋਇਆ ਭਾਜੀ? ਇਹਨਾਂ ਨੂੰ ਇਹ ਮੈਚ ਦੀ ਵਜ੍ਹਾ ਤੋਂ ਇਸ ਤਰ੍ਹਾਂ ਹੋ ਗਏ ਆ ਜੀ। ਮੈਂ ਸਦਕੇ ਜਾਏ, ਬਹੁਤ ਜ਼ਿਆਦਾ ਦਿਲ ਨੂੰ ਲੈ ਲਈ ਗੱਲ, ਬਹੁਤ ਜੀ। ਨਹੀਂ ਇਹ ਕੀ ਗੱਲ, ਠੰਡ ਲੱਗਣ ਲੱਗ ਪਈ ਛਿੱਕੇ ਖਾ ਕੇ? ਹਾਂਜੀ, ਬਹੁਤ ਮਾਰਿਆ ਜੀ ਉਹਨੇ ਮੈਥਿਊ ਵਾਈਡ ਨੇ, ਤਾਂ ਹੁਣ ਤਾਂ ਠੰਡ ਹੀ ਲੱਗਣ ਡਈ। ਮੈਨੂੰ ਤਾਂ ਲੱਗਦਾ, ਮੈਨੂੰ ਤਾਂ ਲੱਗਦਾ ਗੇਂਦਾਂ ਤੁਹਾਡੇ ਵੱਜਦੀ ਰਹੀਆਂ ਆ ਕੇ। ਅੱਛਾ ਵੈਸੇ ਤੁਸੀਂ ਇਹ ਕਿ ਸੋਚਦੇ ਵੀ ਅਸੀਂ ਜਿੱਤਣਾ ਵਾ, ਉਹ ਘਰੋਂ ਖੇਡਣ ਨਹੀਂ ਆਏ ਅਗਲੇ? ਨਹੀਂ, ਉਹ ਅੱਛਾ ਖੇਲੇ, ਜਿੱਤ ਗਏ ਉਹ। ਤੇ ਫਿਰ ਪਹਿਲੇ 4-5 ਮੈਚ ਤੁਸੀਂ ਜਿੱਤੇ ਨਹੀਂ? ਜਿੱਤੇ ਆ ਜੀ। ਜੇ ਇੱਕ ਹਾਰ ਗਏ ਤੇ ਐਡਾ ਮਾਤ ਲਾਸ਼ਾਂ ਕੋ ਵਿੱਚ ਗਈਆਂ ਤੁਹਾਡੀਆਂ? ਹਰੇ ਬਹੁਤ ਨਹੀਂ, ਕੋਈ ਮਾੜਾ ਨਹੀਂ, ਹਰੇ ਪੂਰਾ ਖੇਡ ਕੇ ਮਰਦਾਂ ਕੋ ਮੁਕਾਬਲਾ ਕਰਕੇ ਹਰੇ, ਲੇਕਿਨ ਅਗਲਿਆਂ ਨੇ ਦੇਖੋ ਨਾ ਕੀ ਕੀਤਾ। ਹਾਂਜੀ ਹਾਂਜੀ, ਕੁੱਟ ਖਾਣ ਡਿਆ, ਫੇ ਉਹਨੂੰ ਖਿਲਾਈ ਜਾ ਰਿਹਾ, ਫੇ ਖਿਲਾਈ ਜਾ ਰਿਹਾ। ਇਹਨਾਂ ਦੀ ਅਕਲ ਹਿਸਾਬ ਲਾ ਲਓ ਤੁਸੀਂ, ਮੇਰਾ ਖਿਆਲ ਵਿਕ ਗਏ ਨੇ, ਇਹ ਵਿਕ ਗਏ? ਨਹੀਂ ਨਹੀਂ, ਵਿਕੇ ਨਹੀਂ ਜੀ, ਖੇਲ ਕੇ ਹਰੇ ਆ, ਖੇਲ ਕੇ ਹਰੇ ਆ। ਹਾਂਜੀ, ਤੇ ਤੁਸੀਂ ਤੇ ਹਿੰਮਤ ਫੜੋ ਨਾ, ਹੁਣ ਕੀ ਗੱਲ ਆ? ਇਨਸ਼ਾਅੱਲਾ ਸਵੇਰ ਤਾਈਂ ਫੜ ਲਾਂਗੇ, ਹਾਲੇ ਤਾਂ ਹਾਲੇ ਤਾਜ਼ਾ ਤਾਜ਼ਾ ਹੈ, ਹਾਲੇ ਤਾਜ਼ਾ ਫੱਟ ਲੱਗੇ ਆ ਜੀ। ਓਏ ਹਾਏ ਹਾਏ ਹਾਏ, ਇਹ ਪਤਾ ਕੀ ਗੱਲ ਆ, ਅੱਲਾ ਮੀਆਂ ਨਾ ਬੈਲੈਂਸ ਰੱਖਦਾ ਵਾ, ਇਦਾਂ ਹੀ ਇਦਾਂ ਹੀ। ਜੇ ਅਸੀਂ 6ਵਾਂ ਵੀ ਜਿੱਤ ਜਾਂਦੇ ਨਾ ਤੁਹਾਡੇ ਵਰਗੇ ਨੂੰ, ਹੁਣ ਉਹ ਚੌਂਕ 'ਚ ਬੈਠੇ ਹੋਣੇ ਕੁਰਸੀ ਡਾ ਕੇ, ਦਿਲ ਕਰੇ ਐਵੇਂ ਨੰਗ ਤੇ ਪੌਂਦ ਨੂੰ ਗਾਲਾਂ ਕੱਢੀ ਜਾਂਦੇ ਤੁਸੀਂ? ਉਹ ਤਾਂ ਭਾਵੇਂ ਅਸੀਂ ਰੋਜ਼ ਹੀ ਡਾ ਕੇ ਬੈਠੇ ਹੋਈਦਾ, ਇਹ ਰੱਬ ਨੇ ਇਸ ਲਈ ਤੁਹਾਨੂੰ ਥੋੜ੍ਹਾ ਜਿਹਾ ਠੀਕ ਰੱਖਿਆ। ਹਾਂਜੀ, ਹਿੰਮਤ ਕਰੋ, ਮੈਂ ਚਾਹ ਭੇਜਾਂ। ਹਾਂਜੀ ਭੇਜ ਦੋ, ਮਾਲਸ਼ੀਆ ਭੇਜਾਂ ਕੋ ਤੁਹਾਨੂੰ, ਜਿੰਨੀ ਤੁਹਾਨੂੰ ਕੁੱਟ ਪਈ ਤੁਹਾਨੂੰ ਘਟਾਵੇ ਥੋੜ੍ਹਾ ਜਿਹਾ, ਮਾਲਸ਼ੀਆ ਭੇਜਾਂ, ਮਾਲਸ਼ੀਆ। ਹਾਂਜੀ, ਮਾਲਸ਼ੀਆ ਹੀ ਭੇਜ ਦਿਓ, ਅੱਜ ਫੇਰ ਹੀ ਹਿੰਮਤ ਫੜਾਂਗੇ। ਚਲੋ ਅੱਲਾ ਖੈਰ ਕਰੇ, ਕੋਈ ਗੱਲ ਨਹੀਂ। ਤੁਹਾਡੇ ਹਿਸਾਬ ਦੇ ਨਾਲ ਕਿਹੜਾ ਇੱਕ ਪਲੇਅਰ ਐਸਾ ਵਾ ਉਹ ਜੇ ਹੁੰਦਾ ਤੇ ਮੈਚ ਨਹੀਂ ਸੀ ਹਰਨਾ, ਜਿਹੜਾ ਨਹੀਂ, ਜਿਹੜੇ ਨਹੀਂ ਹੈਗੇ, ਜਿਹੜੇ ਇਹਨਾਂ ਨੇ ਬਾਹਰ ਕੱਢੇ ਆ, ਉਹਨਾਂ 'ਚੋਂ ਉਹ ਹੁੰਦਾ ਤੇ ਆਪਾਂ ਮੈਚ ਨਹੀਂ ਸੀ ਹਰਨਾ? ਭਾਵੇਂ ਇੱਕ ਪਲੇਅਰ ਨਾ ਹੁੰਦਾ ਤੇ ਅਸੀਂ ਮੈਚ ਨਹੀਂ ਸੀ ਹਰਨਾ, ਯਾਰ ਜਾਨੀ ਕਿ ਜਿਹੜਾ ਹੁੰਦਾ ਉਹ ਨਹੀਂ, ਇੱਕ ਨਾ ਹੁੰਦਾ ਤੇ ਆਪਾਂ ਜਿੱਤ, ਮਤਲਬ ਵੀ ਉਹਨੂੰ ਕੱਢ ਦੇ, ਉਹਨੂੰ ਕੱਢ ਕੇ, ਉਹਨੂੰ ਕੱਢ ਕੇ ਕੋਈ ਬੌਲਰ ਬਾਹਰੋਂ ਅੱਛਾ ਪਾਇਆ ਨਾ। ਹਾਂਜੀ ਯਾਰ, ਮਾੜਾ ਬੌਲਰ ਨਹੀਂ ਭਾਜੀ, ਬੜਾ ਅੱਛਾ ਬੌਲਰ ਆ, ਤੁਸੀਂ ਐਵੇਂ ਹੁਣ ਇਹਨਾਂ ਕਿਸੇ ਨਾ ਕਿਸੇ ਨੇ ਤੇ ਕੁੱਟ ਖਾਣੀ ਹੁੰਦੀ ਨਾ ਹਰਨ ਲਈ। ਹਾਂਜੀ, ਕਿੰਨੇ ਸ਼ਾਹਦ ਫਰੀਦੀ ਸਾਹਿਬ ਨੇ ਛਿੱਕੇ ਨਹੀਂ ਖਾਦੇ, ਜਾਂ ਵਸੀਮ ਅਕਰਮ ਸਾਹਿਬ ਨੇ ਨਹੀਂ ਖਾਦੇ, ਜਾਂ ਸ਼ੁਐਬ ਅਖਤਰ, ਕਿੰਨੇ ਨਹੀਂ ਖਾਦੇ ਛਿੱਕੇ? ਸਾਰਿਆਂ ਨੇ ਖਾਦੇ ਆ, ਲੇਕਿਨ ਆਹ ਜਿਹੜੇ ਅੱਜ ਖਾਦੇ ਆ ਨਾ, ਇਹ ਤਾਂ ਸਾਡੇ ਦਿਲ 'ਤੇ ਹੀ ਮਾਰੇ ਆ। ਪਾਇਨ ਸੈਮੀ ਫਾਈਨਲ ਫਾਈਨਲ 'ਚ ਜਾ ਕੇ ਹਾਰਦੇ ਰਹੇ ਆ ਹਰ ਹਰੀ। ਬਸ ਠੀਕ ਆ, ਤੁਸੀਂ ਹਰ ਵਾਰੀ ਉਸ ਅਦਨਾਨ ਸੈਮੀ ਫਾਈਨਲ 'ਚ ਜਾ ਕੇ ਹੀ ਹਾਰਦੇ। ਉਹ ਗੱਲ ਤਾਂ ਸੁਣ, ਉੱਤੋਂ ਤਾਂ ਅੱਜ ਕਰਨ ਆਇਆ ਸਾਡੇ, ਪਤਾ ਨਹੀਂ ਮੈਂ ਹੀ ਦੇਖਿਆ ਦੇਖਿਆ ਮੈਂ ਹੀ ਦੇਖਿਆ ਦੇਖਿਆ ਕੀ ਇੱਧਰ ਕਰਨਾ ਕੈਮਰਾ ਚਾਹਣਾ
ਕੈਮਰੇ ਚਾਹੀਦਾ ਹੁੰਦਾ ਘਬਰਾ ਕਿਉਂਕਿ ਐਡਾ ਹਾਂਜੀ ਹਾਂਜੀ ਤੇਰੇ ਹਿਸਾਬ ਨਾਲ ਸਾਨੂੰ ਜਿੱਤ ਸਹੀ ਅਸੀਂ ਹਰੇ ਆ ਜਾਂ ਸਾਨੂੰ ਜਿੱਤਣਾ ਚਾਹੀਦਾ ਸੀ ਨਹੀਂ ਜਿੱਤਣਾ ਚਾਹੀਦਾ ਸੀ ਕਿਉਂ ਮਾਮੇ ਲੱਗਦੇ ਸੀ ਉਹ ਨਹੀਂ ਖੇਡਣਾ ਇਹ ਕਰੋ ਪਿਛਲੇ ਅੱਗੇ ਜਿਹੜੇ ਮੈਚ ਹੋਏ ਨੇ ਪਹਿਲੇ ਵੀ ਉਹ ਵੀ ਪੰਜ ਤਾਂ ਜਿੱਤੇ ਨੇ ਜਿਹੜੇ ਪਹਿਲੇ ਵੀ ਮੈਚ ਹੋਏ ਸੀ ਉਹ ਵੀ ਇੰਦਾ ਹੀ ਹੁੰਦੇ ਸੈਮੀ ਫਾਈਨਲ ਵਿੱਚ ਸਿਆਰ ਜਾਂਦੇ ਸੀ ਛੇਵਾਂ ਵੀ ਜਿੱਤਣਾ ਚਾਹੀਦਾ ਸੀ ਤੇ ਜਿੱਤਣਾ ਚਾਹੀਦਾ ਹੀ ਸੀ ਸੱਤਵਾਂ ਵੀ ਜਿੱਤਣਾ ਚਾਹੀਦਾ ਸੀ ਨਹੀਂ ਪਹਿਲੇ ਤੇ ਕੋਸ਼ਿਸ਼ ਕੀਤੀ ਹੈ ਲੰਗੜੇ ਨੇ ਸਾਰੇ ਪਹਿਲੇ ਤੇ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਇਸ ਤੇ ਹੀ ਕੋਸ਼ਿਸ਼ ਕਰਨੀ ਚਾਹੀਦੀ ਸੀ ਲੇਕਿਨ ਉਹ ਤਾਂ ਹਾਰ ਜੀਤ ਰੱਬ ਕੇ ਵਾਸ ਹੋਤੀ ਹੈ ਨਾ ਅੱਛਾ ਰੱਬ ਕੇ ਵਾਸ ਹੋਤੀ ਹੈ ਹਾਰ ਜੀਤ ਰੱਬ ਕੇ ਵਾਸ ਹੋਤੀ ਤੁਮਨੇ ਪੂਰਾ ਮੈਚ ਦੇਖਾ ਅੱਜ ਕੱਲ ਨਹੀਂ ਪੂਰਾ ਨਹੀਂ ਦੇਖਾ ਦੇਖਿਆ ਬਸ ਆਖਰੀ ਓਵਰ ਦੋ ਦੇਖੇ ਸ਼ੈਨ ਅਫਰੀਦੀ ਦਾ ਓਵਰ ਦੇਖਾ ਸ਼ੈਨ ਅਫਰੀਦੀ ਦਾ ਹਾਂ ਤੂੰ ਕਰਾਚੀ ਦਾ ਨਹੀਂ ਨਹੀਂ ਪਦੈਸ਼ ਕਿੱਥੇ ਦੀ ਕਰੀ ਪਦੈਸ਼ ਮੇਰੀ ਚਣਿਓੜ ਦੀ ਤੇ ਕਿੱਥੇ ਬਚਪਨ ਕਿੱਥੇ ਲੰਘਿਆ ਬਚਪਨ ਚਣਿਓੜ ਜੀ ਲੰਘਿਆ ਚਣਿਓੜ ਹੀ ਲੰਘਿਆ ਚਣਿਓੜ ਭੀਤਰੀ ਰਹਿੰਦੇ ਨਹੀਂ ਪਿੰਡ 'ਚ ਪਿੰਡ 'ਚ ਉਰਦੂ ਬੋਲਦੇ ਉੱਥੇ ਸਾਰੇ ਪੰਜਾਬੀ ਤੇ ਤੂੰ ਕੋ ਉਰਦੂ ਬੋਲਣਾ ਉਰਦੂ ਵੈਸੇ ਮੈਂ ਤਾਂ ਨਾ ਪੰਜਾਬੀ ਬੋਲਣਾ ਐਡਾ ਵੱਡਾ ਐਂਕਰ ਹੋ ਗਿਆ ਤੂੰ ਆਪਾਂ ਮਾਮਾ ਉਰਦੂ ਬੋਲ ਕੇ ਮੈਨੂੰ ਫਿੱਕਾ ਕਰੀ ਜਾ ਰਹੇ ਪੰਜਾਬੀ ਬੋਲ ਲੈਂਦੇ ਹਾਂ ਯਾਰ ਚਨਿਓੜ 'ਚ ਤੂੰ ਜੰਮਿਆ ਚਨਿਓੜ ਦੇ ਪਿੰਡ 'ਚ ਤੂੰ ਖੇਡਿਆ ਤੇ ਮੈਨੂੰ ਤੂੰ ਕਹਿੰਦਿਆ ਅਸਲ ਮੈਂ ਉਨਕੀ ਜੋ ਹੈ ਨਾ ਉਹ ਐਸੇ ਹੋ ਗਿਆ ਹੈ ਪੰਜਾਬੀ ਬੋਲ ਐਡੀ ਪੰਜਾਬੀ ਬੋਲਦਾ ਯਾਰ ਹੈ ਪੰਜਾਬੀ ਬੋਲਦੇ ਆ ਕਨਫਿਊਜ਼ ਕੈਮਰੇ ਕੇ ਨਰਵਸ ਹੋਇਆ ਥੋੜਾ ਜਿਹਾ ਹਾਂਜੀ ਨਰਵਸ ਕਾਹਦਾ ਪੰਜਾਬੀ ਹੈਗਾ ਤੂੰ ਪੰਜਾਬੀ ਨਰਵਸ ਹੁੰਦੇ ਆ ਕੀ ਨਾਂ ਸ਼ਾਵੇਜ਼ ਨੌਰੇਜ਼ ਇੱਧਰ ਖਲੋ ਕੈਮਰਾ ਇੱਥੇ ਪੜ ਆਵਾਮ ਨੂੰ ਦੱਸ ਕੇ ਅਸੀਂ ਜਿਹੜਾ ਮੈਚ ਰਹੇ ਹਾਂ ਕੋਈ ਗੱਲ ਨਹੀਂ ਹਿੰਮਤ ਦੇ ਥੋੜ੍ਹਾ ਹੌਸਲਾ ਦੇ ਆਵਾਮ ਨੂੰ ਆਪਣੇ ਦਿਮਾਗ ਦੇ ਹਿਸਾਬ ਨਾਲ ਇੱਧਰ ਵੇਖ ਕੇ ਚੱਲ ਰਿਹਾ ਇੱਧਰ ਆ ਕੇ ਹੌਸਲਾ ਦੇ ਆਵਾਮ ਨੂੰ ਆਵਾਮ ਬਹੁਤ ਦੁਖੀ ਹੈ ਇਸ ਟਾਈਮ ਹਾਂ ਦੁਖੀ ਤਾਂ ਹੈ ਕਿਉਂ ਨਹੀਂ ਇੱਧਰ ਆਵਾਮ ਕੋ ਬਤਾਓ ਚਲੋ ਓਏ ਉੱਧਰ ਦੇਖ ਚੱਲ ਆਵਾਮ ਨੂੰ ਕੀ ਹੌਸਲਾ ਦੇ ਨਾ ਯਾਰ ਇੱਕ ਮਿਸਾਲ ਆ ਤੈਨੂੰ ਬੰਦਾ ਮੈਂ ਨਹੀਂ ਤੈਨੂੰ ਚੱਲ ਕੋਈ ਨਹੀਂ ਯਾਰ ਆਪਾਂ ਫੇਰ ਇਨਸ਼ਾਅੱਲਾ ਜਿੱਤਾਂਗੇ ਕਦੀ ਇੰਜ ਆਵਾਮ ਨੂੰ ਹੌਸਲਾ ਦੇ ਨਾ ਆਵਾਮ ਦੁਖੀ ਬੈਠੀ ਸਾਰੀ ਉਹ ਵੇ ਉਧਰੋਂ ਭਾਈ ਉਹ ਤਾਂ ਹੱਸ ਹੀ ਰਹੇ ਨੇ ਉਹ ਤਾਂ ਹੱਸ ਹੀ ਰਹੇ ਨੇ ਹੱਸ ਨਹੀਂ ਰਹੇ ਉੱਤੋਂ ਤੂੰ ਹੱਸ ਰਹੇ ਨੇ ਅੰਦਰੋਂ ਚੱਦਰ ਦੇ ਅੰਦਰ ਹੱਥ ਵੇ ਉਹਦਾ ਕਿੱਥੇ ਚੱਲ ਹੱਥ ਦਿਲ ਤੇ ਉਹਦਾ ਇੱਥੇ ਹੱਥ ਉਹਦਾ ਦਿਲ ਤੇ ਆ ਜੀ ਚੱਲ ਆਵਾਮ ਨੂੰ ਦੇ ਨਾ ਹੌਸਲਾ ਕੋਈ ਆ ਆਵਾਮ ਚੱਲ ਆਵਾਮ ਚੱਲ ਅਰ ਆਵਾਮ ਪਰੇਸ਼ਾਨ ਆ ਨਾ ਥੋੜ੍ਹਾ ਬੋਲ ਚੱਲ ਕਿੰਨਾ ਪੜਿਆ ਤੂੰ ਬਸ ਅੱਠ ਹੀ ਪੜਿਆ ਅੱਠ ਮੈਂ ਵੀ ਅੱਠ ਪੜਿਆ ਅੱਲਾ ਦੀ ਕਸਮ ਮੈਂ ਵੀ ਅੱਠ ਪੜਿਆ ਨੌਵੀਂ ਚ ਮੈਂ ਗਿਆ ਹੀ ਨਹੀਂ ਔਰ ਪੰਜਵੀਂ ਤੱਕ ਸਾਡੇ ਸਕੂਲ ਚ ਇੰਗਲਿਸ਼ ਨਹੀਂ ਸੀ ਹੈਗੀ ਅੱਛਾ ਕੌਨਫੀਡੈਂਸ ਲਿਆ ਟੈਨਸ਼ਨ ਕੀ ਹੋ ਜੂਗਾ ਗਲਤ ਬੋਲ ਲੇਗਾ ਹੋਰ ਕੀ ਹੋ ਜੂਗਾ ਅੱਗੇ ਕਿਹੜਾ ਸਹੀ ਬੋਲਣ ਡਿਆ ਚੱਲ ਆਵਾਮ ਨੂੰ ਨਾਦਰੀਨ ਚੱਲ ਤਰਾ ਹੁਣ ਕੋਈ ਨਹੀਂ ਹੈਗਾ ਤੂੰ ਸਮਝ ਕੋਈ ਨਹੀਂ ਹੈਗਾ ਸਿਰਫ ਤੂੰ ਤੇ ਕੈਮਰਾ ਚੱਲ ਅਸਲਾਮ ਵਾਲੇਕੁਮ ਚੱਲ ਅਸਲਾਮ ਵਾਲੇਕੁਮ ਉਧਰ ਦੇਖਣਾ ਕੈਮਰੇ ਚ ਅਸਲਾਮ ਵਾਲੇਕੁਮ ਨਾਜ਼ਰੀਨ ਅਸਲਾਮ ਵਾਲੇਕੁਮ ਨਾਜ਼ਰੀਨ ਮੈਨੂੰ ਪਤਾ ਹੈ ਕਿ ਅੱਜ ਤੁਸੀਂ ਸਾਰੇ ਬਹੁਤ ਦੁਖੀ ਹੋ ਮੈਨੂੰ ਪਤਾ ਕਿ ਅੱਜ ਸਾਰੇ ਤੁਸੀਂ ਬਹੁਤ ਦੁਖੀ ਹੋ ਸਾਨੂੰ ਬੜੀ ਉਮੀਦ ਸੀ ਕਿ ਆਪਾਂ ਮੈਚ ਜਿੱਤਾਂਗੇ ਸਾਨੂੰ ਬੜੀ ਉਮੀਦ ਸੀ ਕਿ ਆਪਾਂ ਮੈਚ ਜਿੱਤਾਂਗੇ ਲੇਕਿਨ ਆਪਾਂ ਮੈਚ ਨਹੀਂ ਜਿੱਤ ਸਕੇ ਲੇਕਿਨ ਆਪਾਂ ਮੈਚ ਨਹੀਂ ਜਿੱਤ ਸਕੇ ਚਲੋ ਮੈਚ ਤੇ ਆਪਾਂ ਹਾਰ ਗਏ ਆ ਚਲੋ ਮੈਚ ਤਾਂ ਆਪਾਂ ਹਾਰ ਗਏ ਆ ਮੇਰੀ ਕੁਛ ਮਜ਼ਾਕ ਕਰ ਦਿਓ ਕੀ ਨਾ ਤੇਰਾ ਨਾ ਕੀ ਤੇਰਾ ਨਰੇਸ਼ ਦਾ ਨਰੇਸ਼ ਇਸ ਦੁਨੀਆ 'ਚ ਰਹਿਣਾ ਤੇ ਬੇਸ਼ਰਮ ਹੋ ਜਾਓ ਤੇਰੇ ਵਰਗੀ ਜਿੱਦਾਂ ਦੀ ਤੇਰੀ ਆਦਤ ਆ ਤੈਨੂੰ ਹਰ ਕਿਸੇ ਨੇ ਲੁੱਟ ਕੇ ਖਾ ਜਾਣਾ ਜਿੱਦਾਂ ਦਾ ਤੂੰ ਸ਼ਰਮੀਲਾ ਹੈਗਾ ਤੇਜ਼ ਹੋ ਥੋੜਾ ਐ ਹੁਣ ਮਾਈਕ ਫੜ ਹੁਣ ਤੂੰ ਐ ਭਾਈ ਕੋ ਪੁੱਛਣਾ ਵਾ ਮੈਚ ਦੇ ਬਾਰੇ 'ਚ ਕਿ ਭਾਜੀ ਮੈਂ ਇੰਟਰਵਿਊ ਤੂੰ ਐਂਕਰ ਆ ਐਂਕਰ ਠੀਕ ਹੋ ਚੱਲ ਵੀ ਚੱਲ ਆ ਭਾਈ ਕੋ ਜਾ ਕੇ ਪੁੱਛ ਅਸਲਾਮ ਵਾਲੇਕੁਮ ਭਾਈ ਜੀ ਅਸਲਾਮ ਭਾਈ ਜੀ ਆਪਕਾ ਮੈਚ ਮੈਂ ਮੈਚ ਕੇ ਬਾਰੇ ਮੈਂ ਕਿਆ ਕਹਿੰਦਾ ਐ ਹੁਣ ਤੂੰ ਬੋਲ ਰਿਹਾ ਮਾਈਕ ਉਧਰ ਕੀਤਾ ਇੱਧਰ ਰੱਖ ਚੱਲ ਭਾਈ ਜੀ ਆਪਨੇ ਮੈਚ ਦੇਖਾ ਨਹੀਂ ਕਿਉਂ ਨਹੀਂ ਦੇਖਾ ਮੈਂ ਬਿਮਾਰ ਬਿਮਾਰ ਹੋ ਕਿਆ ਮਰਜ਼ ਆਪ ਪ੍ਰੇਸ਼ਨ ਹੋਇਆ ਅੱਛਾ ਹਾਂ ਹਾਂ ਸ਼ਾਬਾਸ਼ ਭਾਈ ਨੇ ਆਪਨੇ ਮੈਚ ਦੇਖਾ ਤੋ ਆਪਨੇ ਕਿਆ ਫੀਲ ਕੀਆ ਕੁਛ ਵੀ ਨਹੀਂ ਫੀਲ ਕੀ ਕਰਨਾ ਵੈਸੇ ਫਿਰ ਵੀ ਕੁਛ ਨਹੀਂ ਫੀਲ ਕੀ ਕਰਨਾ ਨਹੀਂ ਵੈਸੇ ਆਪਕੋ ਉਮੀਦ ਥੀ ਮੈਚ ਜਿੱਤਨੇ ਕੀ ਹਾਂ ਗੁੱਡ ਇਹ ਤੇ ਹੈ ਸੀ ਚੜ ਕੇ ਰਹਿ ਤਰਾ ਚੜ ਕੇ ਵੈਸੇ ਆਪਕੋ ਉਮੀਦ ਥੀ ਕਿ ਮੈਚ ਜਿੱਤ ਜਾਣਾ ਗੁੱਡ ਆਲਾ ਕੀ ਯਾਰ ਤੂੰ ਐਂਕਰ ਕਿਹੜਾ ਐਂਕਰ ਆਂ ਤੂੰ ਚੱਲ ਚੱਲ ਤਰਾ ਪੂਰੇ ਭਾਰ ਨਾਲ ਕੌਨਫੀਡੈਂਸ ਉੱਚੀ ਥੋੜਾ ਆਪਕੋ ਉਮੀਦ ਥੀ ਕਿ ਮੈਚ ਆਪਕੋ ਉਮੀਦ ਥੀ ਕਿ ਮੈਚ ਜਿੱਤेंगे ਹਾਂ ਉਮੀਦ ਤੇ ਹੈ ਸੀ ਆਪਕੇ ਹਿਸਾਬ ਸੇ ਆਪਕੇ ਹਿਸਾਬ ਹਮਾਰੀ ਕੀ ਕਮਜ਼ੋਰੀ ਥੀ ਹਮਾਰੀ ਕੀ ਕਮਜ਼ੋਰੀ ਥੀ ਜੋ ਹਮ ਮੈਚ ਹਾਰ ਗਏ ਕਮਜ਼ੋਰੀ ਤੇ ਕੋਈ ਨਹੀਂ ਸੀ ਅੱਛਾ ਖੇਲਿਆ ਪਾਕਿਸਤਾਨ ਨੂੰ ਬਾਕੀ ਹਾਰ ਜਿੱਤ ਨਸੀਬਾਂ ਦੀ ਗੁੱਡ ਬਹੁਤ ਸ਼ੁਕਰੀਆ ਆਪਕਾ ਭਾਈ ਹਾਂ ਗੁੱਡ ਸ਼ਾਬਾਸ਼
तू मेरे को सिख अच्छा हूं तू वेखना सही दस आवाम बहुत दुखी है इस टाइम मैं भी बहुत दुखी टेंशन बहुत ज्यादा सिगरेट दवा पी लिया नहीं अच्छा मतलब तेरा तेरा की नुकसान होया एक ते नुकसान होया ना मैच हार गया तेरा कोई पर्सनल भी नुकसान होया 1500 हरिया मैच ऐ बेड़े खरा केदा दे लोग आसे होए मनुसर पाई इन्हां ने जुआ खेड़ खेड़ के अच्छा नहीं इन्हें जुआ नहीं खेडिया बोतलां बोतलां शर्त लगदी ना यारां दोस्तां दी उस चक्कर च मैं कह रहा इन्हें मैं जानदा इदां दा नहीं है तेनूं अपने 1500 दी पई पूरी कौम दीआं उम्मीदां बेड़ा गर्क हो गया लोकी रो रहे ने तेनू अपने 1500 की पई भाई चादर अद्धी तू ला दो पै जाओ पै जा पासा लै थोड़ा इदा दे भाई ना एक ट्रक हों भी खलोता इटा से होंगे टायर नहीं होंगे दे वाह वाह लो जी अच्छा भाई ना कोई नहीं हिम्मत करो हार जित होंगी रही है सही गल बल्कि अपनी तो हार हार ही होंगी रही है इदा ही चल कोई गल नहीं जाओ नादरीन वेखो बेचारा मेरा भरा कोई गल नहीं हौसला हौसला कोई गल नहीं खेड रहे हसन ना हुंदा मैच ते हसन दी जगह कौन हुंदा ते आपां मैच जितदे सी वसीम अकरम खातर पूरा मुल्क दाव ते लाया उन्हें वेख ये तेरे अथरू मैच दे नहीं है तेरे अपने 1500 दे आ एहो जे 1500 जीत के 2600 दी मिठाई खवा दंदे मैं जीत गया पाजी हरे आपां बदमाशी नहीं चलनी हुण चिते नहीं हैगे बटन उतला भी बंद कर इत्थे भी जो साडा हाल उन्होंने कीता ना एंड ते दो ने बहुत दुख हो रहा है यार तैनूं 1500 मैं दे दिंना तू हस के बहा दे दो पहले हस के बहा सही तरह हस पहले दियो तैनूं मैं 1500 रुपया देंगा तू मैनूं सही हस के बहा दे दिलों हस के बहा दे 1500 ले ला नहीं पहले दियो नहीं 1500 नहीं गया ए कुछ होर भी गया नाल उस्ताद जी हैं तेरे को है नहीं तेरे को है नहीं मेरे को मैं तो हार गया हां मैं तो हार गया मेरे को है नहीं मेरे तो मैं भी हार जाने से समझ आई गल दी सो भाई ना तुसी उन आवाम नु थोड़ा हौसला दियो जरा अपने लफ्जों च आवाम नु हौसला दे चल हौसला देना सिर्फ चल अस्सलाम नाज़रीन हां चल असी कभी भी नहीं जितना मान लो समझ जो इस गल नूं ते लिहाजा हट जो कटो जुआ एक लानत आ ते खेलो जिन्ना दिल करदा खेलो हर जो जुआ खेडण वाले सारा कुछ हर जो जिंदगी इसी के नाम जिंदगी एक जुआ है आ भी जुआ वा भाई सारा कुछ ही जुआ नहीं ओ दुआ वा उपरला यार दोस्तों कोई गल नहीं हार जित मुकद्दरा दी आ इंशाल्लाह आपां अगला भी हारांगे कोई गल सर आपने मैच देखा इधर आए आपका नाम क्या है अली हसन अली हसन मैं हसन ने हसन हराया आज सही हसन अली ने हराया मैं अली हसन तो दे हसन इधरों फाड़ लो इधरों फाड़ लो गल तो एक ही है नहीं ना इधरों ना फड़ो तुसी एक बार इधरों फड़ो तो फिर एक बार इधरों फड़ो ओके ठीक हो गया मैच देखा कि नहीं देखा की महसूस होया किथे आके इंज दिल बैठा एकदम ਕਿੱਥੇ ਤੱਕ ਠੀਕ ਸੀ ਕਿੱਥੋਂ ਆ ਕੇ ਬੈਠਾ ਜਦੋਂ ਦੋ ਕੁ ਤਿੰਨ ਵਾਰਾਂ ਰਹਿ ਗਈਆਂ ਬੈਠਾ ਤਾਂ ਕਿਤੇ ਵੀ ਨਹੀਂ ਆ ਦਿਲ ਹਾਂ ਦਿਲ ਤਾਂ ਇੱਕ ਤੇ ਬੈਠਾ ਬਸ ਉੱਤੇ ਹੀ ਬੈਠਾ ਵਾ ਉਹ ਜਿਹੜੀ ਵਿੱਚ ਦਹਾ ਰਹੇ ਸੀ ਬਾਰ ਬਾਰ ਨਹੀਂ ਨਹੀਂ ਉਹ ਮੇਰੇ ਦਿਲ 'ਚ ਅੱਛਾ ਇਹੋ ਜਿਹੇ ਬੰਦੇ ਕ੍ਰਿਕਟ ਵਾਸਤੇ ਨਹੀਂ ਮੈਚ ਵੇਖਦੇ ਉਹ ਸਾਈਡਾਂ ਦੇ ਕੈਮਰੇ ਨਹੀਂ ਮਾਰਦੇ ਬਸ ਉਹ ਵੇਖਣਾ ਹੁੰਦਾ ਇਹਨਾਂ ਨੇ ਇੱਦਾਂ ਦਾ ਨਾ ਕੋ ਆ ਇਹ ਹੀ ਆ ਹੋਰ ਕੀ ਨਹੀਂ 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 ਇਹ ਗਲਤ ਗੱਲ ਕਰ ਰਹੇ ਤੁਹਾਡੇ ਹਿਸਾਬ ਨਾਲ ਤਾਂ ਭੁੰਡੀ ਹੋ ਰਹੀ ਹੁੰਦੀ ਮੈਚ ਭੁੰਡੀ ਥੋੜੀ ਹੋ ਰਹੀ ਹੁੰਦੀ ਆ ਭੁੰਡੀ ਤਾਂ ਉਹਨਾਂ ਦੀ ਐਸ਼ੀ ਆ ਉਹ ਰੈਸਟ ਕਰਨ ਜਾਂਦੇ ਅੱਛਾ ਚੱਲ ਮੇਰੀ ਗੱਲ ਸੁਣਾ ਮਾਈਕ ਫੜ ਆਵਾਮ ਨੂੰ ਥੋੜੀ ਤਸੱਲੀ ਦੇ ਆਵਾਮ ਦੁਖੀ ਹੈ ਇਸ ਟਾਈਮ ਪੂਰੇ ਪਾਕਿਸਤਾਨ ਨੂੰ ਜ਼ਰਾ ਥੋੜਾ ਹੌਸਲਾ ਦੇ ਕੇ ਆਪਣੇ ਅਲਫਾਜ਼ਾਂ 'ਚ ਆਪਣੇ ਹਿਸਾਬ ਨਾਲ ਪੰਜਾਬੀ 'ਚ ਹੌਸਲਾ ਦੇ ਆਵਾਮ ਨੂੰ ਜ਼ਰਾ ਪੰਜਾਬੀ 'ਚ ਹੌਸਲਾ ਦੇ ਆਹੋ ਚੱਲ
ਉਹਨੇ ਮੈਨੂੰ ਛੱਡ ਦੇ ਉਧਰ ਆਵਾਮ ਆਵਾਮ ਨੂੰ ਆਵਾਮ ਨੂੰ ਹੌਸਲਾ ਦੇ ਚੱਲ ਚੱਲ ਜਰਾ ਚੱਲ ਤੂੰ ਸਮਝ ਕੋਈ ਇੱਥੇ ਨਹੀਂ ਹੈਗਾ ਤੂੰ ਆ ਤੇ ਆ ਕੈਮਰਾ ਵਾ ਬਸ ਮੇਰੇ ਵੱਲ ਨਹੀਂ ਵੇਖਣਾ ਚੱਲ ਹੌਸਲਾ ਹਾਂ ਆ ਪਾਕਿਸਤਾਨੀ ਆਵਾਮ ਨੂੰ ਮੇਰੀ ਇਹ ਗੁਜ਼ਾਰਿਸ਼ ਆ ਕਿ ਕੋਈ ਗੱਲ ਨਹੀਂ ਹੁੰਦਾ ਰਹਿੰਦਾ ਇਸ ਤਰ੍ਹਾਂ ਪੰਜ ਮੈਚ ਜਿੱਤੇ ਵੀ ਹਾਂ ਅਸੀਂ ਅਤੇ ਐਡੇ ਕੋਈ ਮਸਲੇ ਵਾਲੀ ਗੱਲ ਨਹੀਂ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਪਾਕਿਸਤਾਨ ਆਪਣੀ ਜਾਨ ਹੈ ਆ ਨੇ ਬਾ ਨੇ ਸ਼ਾਨ ਹੈ ਅਤੇ ਕੋਈ ਗੱਲ ਨਹੀਂ ਐਸਾ ਮਸਲਾ ਕੋਈ ਨਹੀਂ ਐਪਰੀਸ਼ੀਏਟ ਕਰੋ ਜੋ ਵੀ ਗੱਲਬਾਤ ਆ ਖੈਰ ਆ ਉਹਨਾਂ ਨੇ ਪੰਜ ਮੈਚਾਂ 'ਚ ਆਪਣੀ ਪਰਫੋਰਮੈਂਸ ਇੰਨੀ ਅੱਛੀ ਦਿੱਤੀ ਆ ਅਤੇ ਕੋਈ ਰੋਲੇ ਵਾਲੀ ਗੱਲ ਨਹੀਂ ਐਡੀ ਓਕੇ ਬਸ ਠੀਕ ਇਹ 'ਚ ਹੌਸਲਾ ਤਾਂ ਕਿਤੇ ਵੀ ਨਹੀਂ ਸੀ ਹੌਸਲਾ ਹੀ ਹੈ ਹੋਰ ਕੀ ਨਹੀਂ ਤੂੰ ਤਾਂ ਉਹਨਾਂ ਦੀ ਹਾਰ ਹੀ ਬਾਰ ਬਾਰ ਦੱਸ ਗਿਆ ਤੂੰ ਉਹਨੂੰ ਕਿਹਾ ਜੀ ਤੁਸੀਂ ਟੈਨਸ਼ਨ ਨਹੀਂ ਲੈਣੀ ਈਜ਼ੀ ਹੋਵੋ ਖਾਣਾ ਸ਼ਾਣਾ ਖਾਓ ਖਾਣਾ ਸ਼ਾਣਾ ਖਾਓ ਤੁਸੀਂ ਕੋਈ ਨਹੀਂ ਇੰਜੋਏ ਕਰੋ ਸੀ ਤੇਰੇ ਉੱਤੇ ਪੈਸੇ ਨਹੀਂ ਪੀਜ਼ਾ ਹੀ ਲੱਗਾ ਸੀਗਾ ਹਾਰ ਗਿਆ ਹਾਰ ਗਿਆ ਉਹ ਜਿਹਨੇ ਪੀਜ਼ਾ ਤੇਰੇ ਨਾਲ ਮੁਖਾਲਫ ਸ਼ਰਤ ਲਾਈ ਸੀ ਉਹ ਗਦਾਰੇ ਪਤਨ ਕਿਹੜਾ ਸੀ ਜਿਹਨੇ ਆਸਟ੍ਰੇਲੀਆ ਦੇ ਜਿੱਤਣ ਦੇ ਪੀਜ਼ਾ ਤੇਰੇ ਨਾਲ ਲਾਇਆ ਉਹ ਇੱਕ ਹੈਗਾ ਵਾ ਸਾਡੇ ਉੱਤੇ ਚੂੜਾ ਹੀ ਆ ਗਟਰ ਗੁਟਰ ਖੋਲਦਾ ਵਾ ਉਹਨੇ ਕਿਹਾ ਚਲੋ ਘਰ ਤੋਂ ਅੱਧ ਜਾਂਦੇ ਅੱਜ ਪੀਜ਼ਾ ਹੀ ਲਾ ਲਈਏ ਤੇ ਉਤੋਂ ਅਸੀਂ ਉਹਦੇ ਖਿੱਚ ਕੱਢਣ ਦੇ ਆਉਂਦੇ ਆਪੇ ਖਿੱਚ ਕੱਢਣ ਦੇ ਕੈਸੇ ਆ ਅਲਹਮਦੁਲਿਲਾ ਠੀਕ ਠਾਕ ਨਾਮ ਕੀ ਆਪਕਾ ਮੁਹੰਮਦ ਯੂਸਫ ਮੁਹੰਮਦ ਯੂਸਫ ਹਾਂਜੀ ਤੇ ਅੱਜ ਸੂਰਤਿਆਲ ਵਾਮ ਦੀ ਜਿਹੜੀ ਹੋਈ ਪਈ ਹੈ ਤੁਹਾਡੇ ਤੁਸੀਂ ਵੀ ਉਹਦੇ ਚ ਹਾਂਜੀ ਬਿਲਕੁਲ ਸ਼ੌਕੀਨ ਹੋ ਕ੍ਰਿਕਟ ਦੇ ਹਾਂਜੀ ਅੱਜ ਮੈਚ ਦੇਖਿਆ ਹਾਂਜੀ ਅਲਹਮਦੁਲਿਲਾ ਸਾਰਾ ਹਾਂਜੀ ਅਲਹਮਦੁਲਿਲਾ ਕੀ ਫੀਲ ਹੋ ਰਿਹਾ ਮਾਸ਼ਾਅੱਲਾ ਉਹਨਾਂ ਨੇ ਅੱਛੀ ਕਾਰਗਰਦਗੀ ਕੀਤੀ ਹੈ ਕਿਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਤੇ ਹਰ ਦੂਜਿਆਂ ਨੇ ਬਗਾਨੇ ਪੁੱਤਰਾਂ ਨੇ ਉਹ ਕੋਈ ਨਹੀਂ ਜੇ ਇੱਕ ਹਾਰ ਗਿਆ ਪੰਜ ਜਿੱਤ ਗਏ ਤੇ ਕੋਈ ਮਾਸ਼ਾਅੱਲਾ ਅਸੀਂ ਪਹਿਲ ਪਾਕਿਸਤਾਨੀ ਅਸੀਂ ਪਾਕਿਸਤਾਨ ਦੇ ਨਾਲ ਆ ਚਾਹੇ ਹਰਨ ਜਾਂ ਜਿੱਤਣ ਅਸੀਂ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਅਸੀਂ ਸਾਡੀਆਂ ਬੈਸਟ ਵਿਸ਼ੇਸ ਪਾਕਿਸਤਾਨ ਦੇ ਨਾਲ ਹਾਂਜੀ ਹੈਂ ਹਾਂਜੀ ਬਿਲਕੁਲ ਜੀ ਪਾਕਿਸਤਾਨ ਦੇ ਬਾਹਰ ਕਿੰਨੇ ਖਿਲਾੜੀ ਹੁੰਦੇ ਟੋਟਲ 11 ਖਿਲਾੜੀ ਹੁੰਦੇ ਆ ਹਾਂਜੀ 11 ਖਿਲਾੜੀਆਂ ਦਾ ਇੱਕੋ ਸਾਜ ਨਾਮ ਦੱਸ ਦਿਓ 10,000 ਰੁਪਏ ਦੇਵਾਂਗਾ ਇਤਨਾ ਹੀ ਇਲਮ ਨਹੀਂ ਆ ਤੁਹਾਡੇ ਕੋਲ ਤੇ ਤੁਸੀਂ ਕਾਹਦੇ ਕ੍ਰਿਕਟ ਦੇ ਸ਼ੌਕੀਨ ਹੋ ਬਸ ਮਾੜੇ ਮੋਟੇ ਲਾ ਲਓ ਚਲੋ ਇਕੱਲੇ ਬੋਲਰਾਂ ਦਾ ਨਾਂ ਦੱਸ ਦਿਓ 5,000 ਰੁਪਏ ਦੇਵਾਂਗਾ ਹਸਨ ਅਲੀ ਇੱਕੋ ਸਾਜ ਮੈਂ ਕਿਹਾ ਫਿਰ ਆ ਤੁਸੀਂ ਹਸਨ ਅਲੀ ਲੈ ਕੇ ਹਸਨ ਅਲੀ ਐ ਨਹੀਂ ਕਰਨਾ ਹਾਂਜੀ ਨਹੀਂ ਸ਼ਹਿਨਸ਼ਾਹ ਫਰੀਦੀ ਯਾਰ ਸਭ ਤੋਂ ਪਹਿਲੇ ਸ਼ਹਿਨਸ਼ਾਹ ਫਰੀਦੀ ਹਸਨ ਅਲੀ ਅਤੇ ਹਾਰਿਸ ਰਊਫ ਅਤੇ ਉਬਾਦ ਵਸੀਮ ਅਤੇ ਉਹਦਾ ਨਾਂ ਕੀ ਆ ਵਗੈਰਾ ਵਗੈਰਾ ਆ ਦੋ ਵਗੈਰਾ ਵਗੈਰਾ ਸੱਤ ਹੋ ਗਏ ਲਓ ਜੀ ਯੂਸਫ ਸਾਹਿਬ ਬਹੁਤ ਸ਼ੁਕਰੀਆ ਥੈਂਕ ਯੂ ਪਾਕਿਸਤਾਨੀ ਕੌਮ ਨੂੰ ਕੋਈ ਮੈਸੇਜ ਦੇ ਦਿਓ ਵਿਚਾਰੀ ਬਹੁਤ ਦੁਖੀ ਹੈ ਇਸ ਟਾਈਮ ਹਾਰ ਗਏ ਹਾਂ ਕੋਈ ਨਹੀਂ ਹਾਰ ਗਏ ਅਸੀਂ ਪਾਕਿਸਤਾਨੀ ਅਸੀਂ ਪਾਕਿਸਤਾਨ ਦੇ ਨਾਲ ਬਸ ਠੀਕ ਆ ਠੀਕ ਆ ਤੁਸੀਂ ਮੈਚ 'ਤੇ ਤਾਂ ਨਹੀਂ ਕੋਈ ਖਜੂਰਾਂ ਲਾਈਆਂ ਸੀ ਨਹੀਂ ਦੋ ਦੋ ਕਿਲੋ ਖਜੂਰਾਂ ਲਾਈਆਂ ਚਲੋ ਜੀ